ਪਹਿਲਾਂ ਮੈਂ ਆਲੂ ਬੋਇਲ ਕੀਤੇ ਸੀ, ਉਹਨਾਂ ਦੇ ਵਿੱਚ ਚਿੱਟੇ ਛੋਲੇ ਪਾ ਤੇ ਅਤੇ ਸੋਸਾ ਵਗੈਰਾ ਪਾ ਕੇ, ਇੱਕ ਦੋ ਜਿਵੇਂ ਟਮੈਟੋ ਸੌਸ, ਚਿੱਲੀ ਸੌਸ ਅਤੇ ਇੱਕ ਮੇਰੇ ਕੋਲ ਹੋਰ ਹੈ ਸੌਸ, ਕਿਹੜੀ ਆ ਉਹ ਮੈਨੂੰ ਨਾਮ ਭੁੱਲ ਗਿਆ। ਮੈਂ ਇੱਧਰ ਮੈਂ ਅਨੀਅਨ ਹਲਕੇ ਅਤੇ ਜਿਹੜੇ ਨੇਗੇ ਸੌਤੇ ਕਰ ਲਏ, ਬਿਕੋਜ਼ ਸਾਨੂੰ ਕੱਚੇ ਨਹੀਂ ਵਧੀਆ ਲੱਗਦੇ। ਹਾਂ ਕੁਲਚੇ 'ਚ ਕੱਚੇ ਵਧੀਆ ਲੱਗਦੇ ਨੇਗੇ, ਪਰ ਮੈਨੂੰ ਨਹੀਂ ਪਸੰਦ ਹੈਗੇ, ਇਸ ਕਰਕੇ ਹੁਣ ਮੈਂ ਇਹਨਾਂ ਦਾ ਮਿਕਸਚਰ ਹੈ ਜਿਹੜਾ ਪ੍ਰੋਪਰ ਰੈਡੀ ਕਰੂੰਗੀ। ਚੀਜ਼ਾਂ ਸਾਰੀਆਂ ਮੈਂ ਰੈਡੀ ਕਰ ਲਈਆਂ। ਹੈਲੋ ਜੀ, ਸਤਿ ਸ਼੍ਰੀ ਅਕਾਲ, ਹੋਪ ਸੋ ਸਾਰੇ ਵਧੀਆ ਹੋਵੋਗੇ। ਵੈਲਕਮ ਤੁਹਾਡਾ ਮੇਰੇ ਚੈਨਲ ਦੇ ਉੱਪਰ। ਮੈਂ ਚੈਨਲ ਦਾ ਨਾਮ ਹੈ ਜਿਹੜਾ ਉਹ ਚੇਂਜ ਕਰ ਦਿੱਤਾ ਹੈ। ਮੈਂ ਕਿਉਂ ਕੀਤਾ ਹੈਗਾ ਉਹਦਾ ਰੀਜ਼ਨ ਆਪਾਂ ਦੱਸਦੇ ਹਾਂ ਤੁਹਾਨੂੰ ਨਾਲ ਨਾਲ। ਅਤੇ ਅੱਜ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਅੱਜ ਮੈਂ ਹੈਗੀ ਸੀਗੀ ਘਰ, ਬਿਕੋਜ਼ ਸੰਡੇ ਨੂੰ ਮੇਰੀ ਆਲਵੇਜ਼ ਛੁੱਟੀ ਹੁੰਦੀ ਹੈਗੀ। ਅਤੇ ਸੰਡੇ ਨੂੰ ਆਪਾਂ ਕੁਛ ਨਾ ਕੁਛ ਜਿਹੜਾ ਹੈਗਾ ਸਪੈਸ਼ਲ ਬਣਾਉਂਦੇ ਹੁੰਦੇ ਹਾਂਗੇ ਕਿਚਨ ਦੇ ਵਿੱਚ। ਅੱਜ ਮੈਂ ਸਭ ਤੋਂ ਡਿਫਰੈਂਟ ਚੀਜ਼ ਬਣਾ ਰਹੀ ਹਾਂਗੀ, ਅਤੇ ਉਹ ਫਸਟ ਟਾਈਮ ਬਣਾ ਰਹੀ ਹਾਂਗੀ। ਥੋੜ੍ਹੀ ਜਿਹੀ ਉਹਦੀ ਪ੍ਰੈਪਰੇਸ਼ਨ ਮੈਂ ਆਲਰੇਡੀ ਡਨ ਕਰ ਚੁੱਕੀ ਹਾਂ, ਜਿਵੇਂ ਤੁਸੀਂ ਕਿ ਪਹਿਲਾਂ ਦੇਖ ਹੀ ਚੁੱਕੇ ਹੋਗੇ। ਅਤੇ ਹੁਣ ਮੈਂ ਕਰਦੀ ਸੀਗੀ ਨੈਕਸਟ, ਯਾਨੀ ਕਿ ਉਹਨੂੰ ਪੂਰਾ ਕੰਪਲੀਟ ਖਾਣ ਦੇ ਲਈ ਮੈਂ ਕਿਹਾ ਵੀ ਚੱਲ ਹੁਣ ਮੈਂ ਪੂਰਾ ਉਹਨੂੰ ਬਣਾ ਲਵਾਂ ਅਤੇ ਫਿਰ ਖਾਈਏ, ਕਿਉਂਕਿ ਜਿਹੜੀ ਹੁਣ ਮੈਨੂੰ ਭੁੱਖ ਲੱਗ ਗਈ ਹੈਗੀ। ਪਹਿਲਾਂ ਕੀ ਸੀਗਾ, ਮੈਂ ਥੋੜ੍ਹਾ ਲੇਟ ਖਾਂਦੀ ਹੈਗੀ ਰੋਟੀ, ਅਤੇ ਅੱਜ ਮੈਂ ਫਿਰ ਰੋਟੀ ਨਹੀਂ ਸੀ ਬਣਾਈ, ਸੋਚਿਆ ਵੀ ਅੱਜ ਫਿਰ ਕੁਲਚੇ ਹੀ ਬਣਾ ਲੈਂਦੇ ਹਾਂ। ਅਤੇ ਪਵਿੱਤਰ ਸੁੱਤੀ ਪਈ ਹੈ। ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਵੀ ਮੈਂ ਚੈਨਲ ਦਾ ਨਾਮ ਚੇਂਜ ਕਿਉਂ ਕੀਤਾ, ਅਤੇ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ। ਰੀਜ਼ਨ ਇਹ ਸੀਗਾ ਕਿ ਉਹ ਚੈਨਲ ਮੈਂ ਕਾਫੀ ਟਾਈਮ ਪਹਿਲਾਂ ਬਣਾਇਆ ਸੀਗਾ, ਅਤੇ ਪੰਗੂ ਮੇਰਾ ਪੇਕੇ ਪਿੰਡ ਦਾ ਸਰਨੇਮ ਹੈ, ਮੈਂ ਉਸੇ ਨਾਮ 'ਤੇ ਬਣਾਇਆ ਹੋਇਆ ਸੀਗਾ ਚੈਨਲ। ਆਲਮੋਸਟ ਮੇਰੀਆਂ ਸਾਰੀ ਆਈਡੀਜ਼ ਨੇ ਜਿਹੜੀਆਂ ਉਸੇ ਸਰਨੇਮ 'ਤੇ ਚੱਲ ਰਹੀਆਂ ਨੇ, ਬਿਕੋਜ਼ ਮੇਰੇ ਜੋ ਵੀ ਅਕਾਊਂਟ ਨੇ ਉਹ ਪਹਿਲਾਂ ਦੇ ਨੇ, ਬਿਫੋਰ ਮੈਰਿਜ ਨੇ, ਉਹੀ ਸਟਿਲ ਅਕਾਊਂਟ ਮੇਰੇ ਚੱਲ ਰਹੇ ਨੇ, ਮੈਂ ਕੁਛ ਵੀ ਚੇਂਜ ਨਹੀਂ ਕੀਤਾ। ਅਤੇ ਇੱਧਰੋਂ ਸਰਨੇਮ ਸਿੱਧੂ ਹੋ ਗਿਆ, ਸੋ ਸੋਚਿਆ ਵੀ ਉਹਨੂੰ ਚੇਂਜ ਕਰ ਲਵਾਂ। ਸਾਡੀ ਫੈਮਲੀ ਹੈ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈਗੀ ਹੁਣ, ਅਤੇ ਅਸੀਂ ਮਤਲਬ ਕਿ ਹੈ ਨਾ ਬੇਬੀ ਨਾਲ ਫੈਮਲੀ ਕੰਪਲੀਟ ਹੋ ਜਾਂਦੀ ਹੈ, ਇਸ ਕਰਕੇ ਮੈਂ ਸੋਚਿਆ ਵੀ ਹੁਣ ਮੈਂ ਆਪਣੇ ਚੈਨਲ ਦਾ ਨਾਮ ਹੈ ਜਿਹੜਾ ਉਹ ਚੇਂਜ ਕਰ ਲਵਾਂ। ਪਹਿਲਾਂ ਮੈਂ ਕੀਤਾ ਸੀਗਾ, ਪਹਿਲਾਂ ਮੈਂ ਜਦੋਂ ਮਤਲਬ ਸਟਾਰਟਿੰਗ ਕੀਤੀ ਸੀ ਵਲੋਗ ਪਾਉਣ ਦੀ, ਚੈਨਲ ਮੈਂ ਬਹੁਤ ਪਹਿਲਾਂ ਬਣਾ ਲਿਆ ਸੀ, ਬਟ ਵਲੋਗਿੰਗ ਸਟਾਰਟ ਕੀਤੀ ਸੀ ਉਹ ਮੈਂ ਗਾਰਡਨਿੰਗ ਤੋਂ ਸਟਾਰਟ ਕੀਤੀ ਸੀਗੀ, ਉਦੋਂ ਮੈਂ ਉਹਦਾ ਨਾਮ ਹੈ ਜਿਹੜਾ ਗਾਰਡਨਿੰਗ 'ਤੇ ਰੱਖਿਆ ਸੀਗਾ। ਇੱਥੇ ਹੁਣ ਆਸਟ੍ਰੇਲੀਆ ਆ ਕੇ ਮੈਨੂੰ ਲੱਗਿਆ ਹੈ ਨਾ ਵੀ ਗਾਰਡਨਿੰਗ ਦਾ ਕੋਈ ਮਤਲਬ ਨਹੀਂ ਸੀਗਾ, ਕਿਉਂਕਿ ਇੱਥੇ ਮੈਂ ਗਾਰਡਨਿੰਗ ਨਹੀਂ ਕਰਦੀ ਸੀ। ਜਦੋਂ ਮੈਂ ਉਹ ਗਾਰਡਨਿੰਗ ਵਾਲਾ ਨਾਮ ਲੈਂਦੀ ਸੀ, ਮੈਨੂੰ ਇੱਦਾਂ ਲੱਗਦਾ ਸੀਗਾ ਵੀ ਗਾਰਡਨਿੰਗ ਕਿਤੇ ਆਉਂਦੀ ਕਰਦੀ ਹੈ ਨਹੀਂ ਗੀ ਵਲੋਗ ਦੇ ਵਿੱਚ, ਅਤੇ ਫਿਰ ਮੈਨੂੰ ਨਾਮ ਚੇਂਜ ਕਰਨਾ ਚਾਹੀਦਾ। ਇਸ ਕਰਕੇ ਮੈਂ ਉਹਦਾ ਨਾਮ ਇਕੱਲਾ ਪੰਗੂ ਵਲੋਗ ਰੱਖਤਾ ਸੀ, ਬਟ ਹੁਣ ਫਾਈਨਲੀ ਮੈਂ ਚੈਨਲ ਦਾ ਨਾਮ ਕਰਤਾ ਆਸਟ੍ਰੇਲੀਅਨ ਸਿੱਧੂ। ਸਿੱਧੂ ਹੈ ਜਿਹੜਾ ਤੁਹਾਨੂੰ ਪਤਾ ਹੀ ਲੱਗ ਗਿਆ ਹੈ ਨਾ ਵੀ ਸਾਡਾ ਇੱਧਰੋਂ ਸਰਨੇਮ ਹੈ, ਅਤੇ ਹਸਬੈਂਡ ਦੀ ਫੈਮਿਲੀ ਤੋਂ ਹੁਣ ਮੇਰਾ ਪਵਿੱਤਰ ਵੀ ਆ, ਅਤੇ ਇਹਦੇ ਕਰਕੇ ਹੀ ਨਾਮ ਚੇਂਜ ਕੀਤਾ ਹੈਗਾ। ਆਸਟ੍ਰੇਲੀਆ ਅਸੀਂ ਰਹਿੰਦੇ ਹਾਂ, ਸੋ ਨਾਮ ਹੈ ਜਿਹੜਾ ਮੈਂ ਆਸਟ੍ਰੇਲੀਅਨ ਸਿੱਧੂ ਰੱਖਤਾ। ਪਹਿਲਾਂ ਅਸੀਂ ਰੱਖਦੇ ਸੀ ਮਿਸਟਰ ਐਂਡ ਮਿਸਿਜ਼ ਸਿੱਧੂ, ਫਿਰ ਮੈਨੂੰ ਲੱਗਿਆ ਹੈ ਨਾ ਜੇ ਇੱਦਾਂ ਰੱਖਦੇ ਹਾਂ ਕਿ ਤਾਂ ਜਿਹੜਾ ਗਾ ਕਾਫੀ ਚੈਨਲ ਸੀਗੇ, ਸੋ ਫਿਰ ਉਹ ਸਰਚਿੰਗ ਬਾਰ ਦੇ ਵਿੱਚ ਨਹੀਂ ਸੀ ਆਉਣਾ। ਫਿਰ ਇੱਕ ਰੀਜ਼ਨ ਇਹ ਵੀ ਸੀਗਾ, ਮੈਨੂੰ ਇਹ ਸੀਗਾ ਵੀ ਪਵਿੱਤਰ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਚੈਨਲ ਨਾਮ 'ਚ ਹੋਵੇ। ਫਿਰ ਸੋ ਅਸੀਂ ਸੋਚਿਆ ਵੀ ਅਸੀਂ ਤਿੰਨੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿੱਧੂ ਅਸੀਂ ਰੱਖਤਾ, ਅਤੇ ਹੈਂਡਲ ਨੇਮ ਮੈਂ ਪਵਿੱਤਰ ਸਿੱਧੂ ਰੱਖਤਾ, ਕਿਉਂਕਿ ਮੈਂ ਮੇਰੀ ਬੇਟੀ ਨੂੰ ਵੀ ਹੈ ਨਾ ਨਾਲ ਲੈ ਕੇ ਚੱਲਣਾ ਹੁੰਦਾ ਹਰ ਜਗ੍ਹਾ, ਸੋ ਹੈਂਡਲ ਨੇਮ ਉਹਦਾ ਮੈਂ ਪਵਿੱਤਰ ਸਿੱਧੂ ਰੱਖਤਾ। ਜਦੋਂ ਮੈਂ ਤੁਹਾਡੀ ਵੀਡੀਓਜ਼ 'ਤੇ ਕਮੈਂਟ ਕਰਦੀ ਹਾਂ, ਬੇਸਿਕਲੀ ਉਹ ਪਵਿੱਤਰ ਸਿੱਧੂ ਦੇ ਨਾਮ ਤੋਂ ਜਾਂਦੇ ਨੇਗੇ। ਅਤੇ ਹੁਣ ਤੁਸੀਂ ਯਾਦ ਰੱਖਿਓ ਸਾਰੇ ਵੀ ਆਪਣੇ ਚੈਨਲ ਦਾ ਨਾਮ ਹੈ ਜਿਹੜਾ ਸਿਰਫ ਉਹੀ ਚੇਂਜ ਹੋਇਆ ਗਾ, ਆਪਾਂ ਉੱਦਾਂ ਹੀ ਵਲੋਗਿੰਗ ਕਰਨੀ ਆ, ਕੁਛ ਹੋਰ ਨਹੀਂ ਚੇਂਜ ਹੋਊਗਾ, ਕੋਈ ਜਿਹੜਾ ਉਹਦੇ ਵਿੱਚ ਐਡਾ ਖਾਸ ਗੱਲ ਨਹੀਂ। ਆਪਾਂ ਨਾਮ ਕਦੋਂ ਵੀ ਚੇਂਜ ਕਰ ਸਕਦੇ ਹਾਂ ਚੈਨਲ ਦਾ, ਜੇ ਫਿਰ ਵੀ ਲੱਗਦਾ ਗਾ ਹੈ ਨਾ ਆਫਟਰ 14 ਡੇਜ਼ ਬਾਅਦ ਆਪਾਂ ਦੁਬਾਰਾ ਚੇਂਜ ਕਰ ਸਕਦੇ ਹਾਂ, ਬਟ ਹੁਣ ਮੈਂ ਚੇਂਜ ਹੈ ਜਿਹੜਾ ਉਹ ਨਹੀਂ ਕਰਨਾ। ਅਤੇ ਚਲੋ ਫਿਰ ਆਪਾਂ ਹੁਣ ਕਿਚਨ ਦੇ ਵਿੱਚ ਚੱਲੀਏ। ਹਾਂਜੀ, ਹੁਣ ਆਪਾਂ ਜਿਹੜਾ ਮਿਕਸਚਰ ਰੈਡੀ ਕਰਨ ਲੱਗੇ ਹਾਂ। ਮੈਂ ਆਲੂ ਸਵੇਰੇ ਬੋਇਲ ਕਰਕੇ ਰੱਖਦੇ ਸੀਗੇ, ਉਹਦੇ ਵਿੱਚ ਜਿਹੜੇ ਨੇ ਪਾਏ ਨੇ ਮੈਂ ਚਿੱਟੇ ਛੋਲੇ, ਅਤੇ ਇੱਧਰ ਲਈਆਂ ਮੈਂ ਟਮੈਟੋ ਸੌਸ ਅਤੇ ਇਮਲੀ ਦੀ ਸੌਸ, ਅਤੇ ਇੱਧਰ ਨਾਲ ਮੈਂ ਥੋੜ੍ਹੇ ਜਿਹੇ ਅਨੀਅਨ ਭੁੰਨ ਲਿਆ ਗੇ, ਉਹਦੇ ਵਿੱਚ ਮੈਂ ਸਾਲਟ ਅਤੇ ਜਿਹੜਾ ਹੈਗਾ
ਮਿਰਚਾਂ ਨੇਗੀਆਂ ਉਹ ਵਾਲੀਆਂ ਐਡ ਕਰ ਲਈਆਂ। ਮੈਨੂੰ ਥੋੜ੍ਹੇ ਜਿਹੇ ਭੁੰਨੇ ਹੋਏ ਨੇ ਜਿਹੜੇ ਆਨੀਅਨ ਉਹੀ ਵਧੀਆ ਲੱਗਦੇ ਨੇਗੇ, ਤੁਸੀਂ ਆਪਾਂ ਟੇਸਟ ਜਿਵੇਂ ਕੱਚੇ ਵੀ ਕੋਈ ਖਾ ਲੈਂਦੇ ਨੇਗੇ, ਟਮੈਟੋ ਵਗੈਰਾ ਸਾਰਾ ਆਪਾਂ ਪਾ ਸਕਦੇ ਹੋ ਇਹਦੇ ਵਿੱਚ, ਸਾਰਾ ਕੁਛ ਮੈਂ ਐਡ ਕਰ ਕੇ ਥੋੜ੍ਹੇ ਜਿਹੇ ਮੈਂ ਕੱਚੇ ਵੀ ਰੱਖ ਲਏ ਸੀਗੇ ਆਨੀਅਨ। ਹੁਣ ਮੈਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੰਦੀ ਹੈਗੀ। ਇੱਥੇ ਜਿਹੜੇ ਨੇ ਕਿ ਦੂਸਰੇ ਕੁਲਚੇ ਨਹੀਂ ਮਿਲਦੇ, ਮਤਲਬ ਡੱਬ ਰੋਟੀ ਨਹੀਂ ਮਿਲਦੀ, ਮੈਨੂੰ ਇਹੀ ਮਿਲੀਆਂ ਸੀ, ਸੋ ਇਹਨਾਂ ਨੂੰ ਆਪਾਂ ਪਹਿਲਾਂ ਕੱਟ ਲੈਂਦੇ ਹਾਂਗੇ। ਅਤੇ ਇਹਨੂੰ ਕੱਟਣ ਦੇ ਨਾਲ ਨਾਲ ਮੈਂ ਇੱਧਰ ਪਾ ਦਿੰਦੀ ਹਾਂ ਤਵੇ 'ਤੇ ਦੇਸੀ ਘਿਓ। ਪਹਿਲਾਂ ਮੈਂ ਬਟਰ ਲਾਉਣਾ ਸੀਗਾ, ਫਿਰ ਮੈਨੇ ਸੋਚਿਆ ਕਿ ਚਲੋ ਮੈਂ ਦੇਸੀ ਘਿਓ ਹੀ ਯੂਜ਼ ਕਰ ਲੈਂਦੀ, ਵੈਸੇ ਬਟਰ ਦਾ ਟੇਸਟ ਹੈ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਗਾ, ਪਰ ਫਿਰ ਵੀ ਮੈਨੂੰ ਜਿਹੜਾ ਕਿ ਦੇਸੀ ਘਿਓ ਵਧੀਆ ਲੱਗਦਾ ਹੈ, ਸੋ ਮੈਂ ਦੇਸੀ ਘਿਓ ਪਾ ਲਿਆ ਤਵੇ 'ਤੇ। ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਕੁਛ ਵੀ ਪਾ ਸਕਦੇ ਹਾਂਗੇ, ਮਤਲਬ ਇਹਨੂੰ ਹਲਕਾ ਜਿਹਾ ਆਪਣੇ ਰੋਸਟ ਵੀ ਕਰਨਾ ਹੁੰਦਾ ਗਾ। ਹੁਣ ਮੈਂ ਲੱਗ ਗਈ ਸੀ ਇਹਨਾਂ 'ਤੇ ਟਮੈਟੋ ਸੌਸ ਲਾਉਣ, ਪਹਿਲਾਂ ਭੁੱਲ ਗਈ ਸੀਗੀ ਬਾਅਦ 'ਚੋਂ ਲਾਈ, ਫਿਰ ਟਮੈਟੋ ਸੌਸ ਲੈ ਕੇ ਅਤੇ ਆਪਾਂ ਮਿਕਸਚਰ ਦੇ ਲਈ ਆ ਗਏ। ਅੰਡੇ ਦੇ ਉੱਤੇ ਲਾਇਆ, ਇੱਦਾਂ ਛੋੜਿਆ, ਥੋੜ੍ਹੀ ਜਿਹੀ ਫੀਲਿੰਗ ਹੋਰ ਕਰ ਦਿੰਦੇ ਆਪਾਂ। ਆਪਾਂ ਕਰ ਦਿੰਦੇ ਹਾਂ ਇਹਦੇ 'ਚ ਇੱਦਾਂ ਕਰਕੇ, ਕੁਲਚੇ ਆਪਣੇ ਰੈਡੀ ਨੇ, ਦੂਸਰਾ ਵੀ ਕਰ ਲੈਂਦੇ ਹਾਂ ਆਪਾਂ ਰੈਡੀ ਇੱਦਾਂ ਹੀ। ਇਹਦੇ ਵਿੱਚ ਬਣਾਉਣ 'ਤੇ ਬੜਾ ਟਾਈਮ ਨਹੀਂ ਲੱਗਦਾ, ਯਾਨੀ ਕਿ ਪਹਿਲਾਂ ਦੀ ਤਿਆਰੀ 'ਤੇ ਵੱਧ ਟਾਈਮ ਲੱਗਦਾ ਮਿਕਸਚਰ ਵਗੈਰਾ ਰੈਡੀ ਕਰਨ 'ਤੇ, ਬਾਕੀ ਜਿਹੜਾ ਹੈਗਾ ਜਲਦੀ ਹੋ ਜਾਂਦਾ, ਐਡਾ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ। ਕੁਲਚੇ ਤਾਂ 5 ਮਿੰਟਾਂ 'ਚ ਹੀ ਬਣ ਗਿਆ, ਕਿਉਂਕਿ ਬਾਕੀ ਜਿਹੜਾ ਗਾ ਜਿਵੇਂ ਆਲੂ ਬੋਇਲ ਹੋਣੇ ਅਤੇ ਪਹਿਲਾਂ ਅਨੀਅਨ ਵਗੈਰਾ ਦਾ, ਇਹ ਸਾਰੀ ਜਿਹੜੀ ਪ੍ਰੈਪਰੇਸ਼ਨ ਆ ਉਹਦੇ 'ਤੇ ਹੀ ਟਾਈਮ ਲੱਗਦਾ ਹੈਗਾ, ਹੋਰ ਕਿਸੇ ਚੀਜ਼ 'ਤੇ ਨਹੀਂ। ਆਲੂ ਜੀ ਕੁਲਚੇ ਆਪਣੇ ਹੋ ਗਏ ਨੇਗੇ ਰੈਡੀ, ਤੁਸੀਂ ਇਹਨੂੰ ਟਮੈਟੋ ਸੌਸ ਉੱਪਰ ਵੀ ਪਾ ਸਕਦੇ ਹੋ ਜਿਵੇਂ ਵੀ ਤੁਹਾਡਾ ਟੇਸਟ ਹੈ, ਅਤੇ ਲੈਮਨ ਜ਼ਰੂਰ ਐਡ ਕਰ ਲਿਓ ਉਹਦੇ ਉੱਪਰ। ਅਤੇ ਹੁਣ ਮੈਂ ਇਹਦੇ ਉੱਤੇ ਕਰਨ ਲੱਗੀ ਹੈਗੀ ਲੈਮਨ ਐਡ, ਤੁਸੀਂ ਲੈਮਨ ਦਾ ਜੂਸ ਉੱਦਾਂ ਵੀ ਲਿਆ ਕੇ ਬੋਟਲਾਂ ਮਿਲਦੀਆਂ ਨੇ ਉਹ ਵੀ ਪਾ ਸਕਦੇ ਹੋਗੇ, ਸੇਮ ਵੀ ਹੁੰਦਾ ਹੈਗਾ, ਅਤੇ ਇੱਦਾਂ ਨਿੰਬੂ ਨਿਚੋੜ ਵੀ ਸਕਦੇ ਹੋਗੇ, ਇਹਨੂੰ ਜੋ ਟੇਸਟ ਜਿਵੇਂ ਦਾ ਵਧੀਆ ਲੱਗਦਾ ਉੱਦਾਂ ਕਰ ਸਕਦੇ ਹੋਗੇ। ਅਤੇ ਪਰ ਇਹ ਜ਼ਰੂਰ ਐਡ ਕਰ ਲਿਓ, ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਹੈਗਾ। ਲਓ ਜੀ ਆਪਾਂ ਖਾਂਦੇ ਹਾਂਗੇ, ਪਹਿਲਾਂ ਮੈਂ ਲੈਮਨ ਸਾਂਭ ਦੁਬਾਰਾ ਫਿਰ ਇਹਨੂੰ ਯੂਜ਼ ਕਰਨਾ ਜਦੋਂ ਮਨਪ੍ਰੀਤ ਨੂੰ ਬਣਾ ਕੇ ਦੇਣੇ ਨੇ। ਬਹੁਤ ਟੇਸਟੀ ਬਣਾਉਣੇ, ਫਸਟ ਟਾਈਮ ਬਣਾਉਣੇ, ਜਦੋਂ ਤੁਸੀਂ ਬਣਾ ਸਕਦੇ ਹੋ ਨਾ ਸੌਖਾ ਹੁੰਦਾ ਹੈਗਾ, ਕੋਈ ਬਾਹਲਾ ਔਖਾ ਨਹੀਂ ਹੁੰਦਾ, ਬਸ ਆਪਣੇ 'ਚ ਕੁਕਿੰਗ ਦਾ ਟੈਲੈਂਟ ਹੋਣਾ ਚਾਹੀਦਾ। ਹਾਂਜੀ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ। ਜਿਹੜੇ ਮੇਰੇ ਚੈਨਲ 'ਤੇ ਨਵੇਂ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਕੇ ਜਾਇਆ ਕਰੋ, ਅਤੇ ਆਪਾਂ ਇੱਦਾਂ ਹੀ ਮਜ਼ੇਦਾਰ ਵੀਡੀਓ ਬਣਾਉਂਦੇ ਰਹਾਂਗੇ, ਨਵੇਂ ਨਵੇਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇਗੀਆਂ ਉਹ ਲੈ ਕੇ ਆਵਾਂਗੇ। ਨੈਕਸਟ ਸੰਡੇ ਆਪਾਂ ਹੋਰ ਚੀਜ਼ ਲੈ ਕੇ ਆਵਾਂਗੇ, ਉਸ ਤੋਂ ਪਹਿਲਾਂ ਆਪਾਂ ਜਿਹੜਾ ਗਾ ਹੋ ਸਕਦਾ ਜੇ ਪ੍ਰੋਗਰਾਮ ਬਣਿਆ ਤਾਂ ਉਸ ਤੋਂ ਪਹਿਲਾਂ ਵੀ ਬਣਾ ਲਾਂਗੇ। ਵੀਡੀਓਜ਼ ਆਪਣੀਆਂ ਕੰਟੀਨਿਊ ਆਉਂਦੀਆਂ ਹੀ ਨੇਗੀਆਂ, ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ, ਬਾਏ ਬਾਏ।